ਚੋਣ ਤੱਕ ਸੀਮਤ ਮਸਲਾ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਜਿਹੜੇ ਖਿਲਾਰੇ ਪਏ ਆ, ਦੋ ਧੜਿਆਂ 'ਚ ਵੰਡਿਆ ਗਿਆ ਅੱਜ ਦੀ ਘੜੀ 'ਚ ਸ਼੍ਰੋਮਣੀ ਅਕਾਲੀ ਦਲ। ਇੱਕ ਧੜਾ ਜਿਹੜਾ ਬਾਗੀ ਹੋਇਆ, ਕਿੰਨੀ ਦੇਰ ਆਪਣੀ ਰੇਸ ਰਫਤਾਰ ਨਾਲ ਚੱਲਣਾ ਹੈ ਵੱਖਰੀ ਗੱਲ ਹੈ, ਪਰ ਉਸ ਦੇ ਵਿੱਚ ਜਿਹੜੇ ਚੁਣੇ ਹੋਏ ਨੁਮਾਇੰਦੇ ਆ, ਵਿਧਾਇਕ ਬਣੇ ਤਿੰਨ, ਜਿਨ੍ਹਾਂ ਦੇ ਨਾਲ ਟੀਚਰਾਂ ਵੀ ਹੋਈਆਂ ਕਿ ਸਕੂਟਰ 'ਤੇ ਵੀ ਜਾ ਸਕਦੇ ਆ ਤਿੰਨੇ, ਉਹ ਕਹਿੰਦੇ ਵੀ ਤਿੰਨੇ ਦੋਵਾਂ ਪਾਸੇ ਨਹੀਂ ਦਿਖਾਈ ਦਿੱਤੇ ਖੁੱਲ੍ਹ ਕੇ, ਨਾ ਹੀ ਡਾਕਟਰ ਸੁਖਵਿੰਦਰ ਸੁੱਖੀ, ਨਾ ਹੀ ਗਨੀਵ ਕੌਰ ਮਜੀਠੀਆ, ਨਾ ਹੀ ਜਿਹੜੇ ਤੀਜੇ ਨੇ ਮਨਪ੍ਰੀਤ ਸਿੰਘ ਯਾਲੀ, ਉਹ ਕਿਤੇ ਨਜ਼ਰ ਨਹੀਂ ਆਏ ਦੋਵਾਂ ਪਾਸੇ। ਦੇਖੋ, ਸਭ ਤੋਂ ਵੱਡੀ ਗੱਲ ਕਿ SM ਜਿਹੜਾ ਕਲੇਸ਼ ਪਿਆ ਹੋਇਆ ਨਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਉਹ ਬਹੁਤ ਮਾੜੀ ਆ, ਇਸ ਸਿਖਰ ਤੱਕ ਪਹੁੰਚ ਚੁੱਕੀ ਹੈ, ਕਲੇਸ਼ ਖਤਮ ਨਹੀਂ ਹੋਣਾ। ਜਦੋਂ ਜਥੇਦਾਰ ਗੁਰਚਰਨ ਸਿੰਘ ਟੌੜਾ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਪੰਗਾ ਪਿਆ ਸੀ ਨਾ, ਜਦੋਂ ਉਹਨਾਂ ਨੇ ਨਵਾਂ ਸ਼ਹਿਰ ਦੇ ਵਿੱਚ ਤੋਂ ਬਾਅਦ ਜਦੋਂ ਇੱਕ ਇਲੈਕਸ਼ਨ ਹੋਈ ਸੀ ਅਤੇ ਹਾਰ ਗਿਆ ਸੀ ਅਕਾਲੀ ਦਲ ਆਦਮਪੁਰ ਵਾਲੀ, ਉਦੋਂ ਜਥੇਦਾਰ ਟੌੜਾ ਨੇ ਕਿਹਾ ਕਿ ਇੱਕ ਬੰਦੇ ਕੋਲ ਇੱਕ ਅਹੁਦਾ ਰਹਿਣਾ, ਬੜਾ ਉਦੋਂ ਵਿਵਾਦ ਵੱਧ ਗਿਆ ਸੀ, ਜਥੇਦਾਰ ਟੌੜਾ ਨੂੰ ਕੱਢ ਦਿੱਤਾ ਗਿਆ, ਉਹਨਾਂ ਨਵੀਂ ਪਾਰਟੀ ਬਣਾਉਣੀ। ਉਦੋਂ ਜਿਹੜੇ ਸਿੱਖ ਬੁੱਧੀਜੀਵੀ ਨਾ, ਉਹ ਪੰਜ ਛੇ ਸੀ, ਜਿਨ੍ਹਾਂ 'ਚੋਂ ਇੱਕ ਦਾ ਤਾਂ ਮੈਨੂੰ ਨਾਮ ਯਾਦ ਨੇ, ਭਾਈ ਅਸ਼ੋਕ ਸਿੰਘ ਬਾਗੜੀਆ, ਇਹ ਇਕੱਠੇ ਹੋਏ ਸੀ ਕਿ ਦੋ ਪੰਥ ਦੇ ਵੱਡੇ ਲੀਡਰਾਂ ਦੇ ਵਿਚਕਾਰ ਇਹ ਪੰਗਾ ਨਹੀਂ ਪੈਣਾ ਚਾਹੀਦਾ, ਸੁਲਝਾਇਆ ਜਾਣਾ ਚਾਹੀਦਾ ਗਿਆ। ਅਤੇ ਉਹਨਾਂ ਨੇ ਸੁਲਝਾਇਆ, ਉਹ ਚਾਰ ਪੰਜ ਸਿੱਖ ਬੁੱਧੀਜੀਵੀ ਹਸਤੀਆਂ ਇਕੱਠੇ ਹੋ ਕੇ ਕੋਸ਼ਿਸ਼ ਕੀਤੀ। ਹੁਣ ਇਸ ਤੋਂ ਵੱਡਾ ਪੈ ਗਿਆ, ਕਿਉਂਕਿ ਨਾ ਤਾਂ ਬਾਦਲ ਸਾਹਿਬ ਵਰਗਾ ਅਕਾਲੀ ਦਲ ਦੇ ਵਿੱਚ ਕੋਈ ਕਾਦਾਵਰ ਨੇਤਾ ਨੇ, ਨਾ ਜਥੇਦਾਰ ਟੌੜਾ ਵਰਗੇ, ਬਹੁਤ ਉਹਨਾਂ ਦੇ ਮੁਕਾਬਲੇ ਹਲਕੇ ਲੈਵਲ ਦੇ ਲੀਡਰ ਨੇ, ਚਾਹੇ ਉਹਦੇ 'ਚ ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਲਓ, ਚਾਹੇ ਚੰਦੂ ਮਹਾਰਾ ਸਾਹਿਬ ਜਾਂ ਡਾਕਟਰ ਚੀਮਾ, ਜਿੰਨੇ ਵੀ ਆ ਨਾ, ਉਹ ਲੈਵਲ ਨਹੀਂ ਜੋ ਬਾਦਲ ਸਾਹਿਬ ਦਾ, ਜੋ ਟੌੜਾ ਸਾਹਿਬ ਦਾ ਲੈਵਲ ਸੀ। ਇਹਨਾਂ 'ਚੋਂ ਤਾਂ ਭੁੰਦਰ ਸਾਹਿਬ ਇੱਕ ਨੇ ਜਾਂ ਢੀਂਡਸਾ ਸਾਹਿਬ, ਭੁੰਦਰ ਸਾਹਿਬ ਢੀਂਡਸਾ ਸਾਹਿਬ ਜਿਹੜੇ ਇਹ ਕੋਸ਼ਿਸ਼ ਕਰ ਸਕਦੇ, ਲੇਕਿਨ ਇਹ ਆਪ ਹੀ ਵੰਡੇ ਗਏ ਨੇ। ਭੁੰਦੜ ਸਾਹਿਬ ਬਾਦਲ ਪਰਿਵਾਰ 'ਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ, ਢੀਂਡਸਾ ਸਾਹਿਬ ਉਹ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਨੂੰ ਲਾਉਣਾ ਚਾਹੀਦਾ ਗਾ, ਅਗਰ ਸੁਖਬੀਰ ਸਿੰਘ ਬਾਦਲ ਚੰਗੇ ਹੁੰਦੇ ਜਾਂ ਉਹਨਾਂ ਦੇ ਸਲਾਹਕਾਰ ਚੰਗੇ ਹੁੰਦੇ। ਢੀਂਡਸਾ ਸਾਹਿਬ ਦੀ ਉਮਰ ਕਿੰਨੀ ਕੀ ਰਹਿ ਗਈ ਨੇ, 88 ਸਾਲ ਦੇ ਹੋ ਚੁੱਕੇ ਨੇ, ਘੱਟੋ ਘੱਟ ਉਹਨਾਂ ਨੂੰ ਆਪਣੇ ਫਾਦਰ ਫਿਗਰ ਤੌਰ 'ਤੇ ਹੀ ਅਗਰ ਪਾਰਟੀ ਦਾ ਪ੍ਰਧਾਨ ਬਣਾ ਦਿੰਦੇ ਸੁਖਬੀਰ ਸਿੰਘ ਬਾਦਲ ਨੇ, ਕਿ ਢੀਂਡਸਾ ਸਾਹਿਬ ਤੁਸੀਂ ਪ੍ਰਧਾਨ, ਸਾਨੂੰ ਦੋ ਹੁਕਮ, ਬੰਦਾ ਇੱਕ ਕੁਰਸੀ 'ਤੇ ਕਿੰਨਾ ਕੁ ਚਿਰ ਬੈਠੇ ਰਹਿ ਸਕਦੇ, ਇਹ ਸਾਰਾ ਮਸਲਾ ਹੀ ਖਤਮ ਹੋ ਜਾਣਾ ਸੀ। ਗੱਲ ਤਾਂ ਸੁਖਬੀਰ ਸਿੰਘ ਬਾਦਲ ਨੇ ਅਗਲੇ ਵੱਡਾ ਬਣਨਾ, ਵੱਡਾ ਅਹੁਦੇ ਨਾਲ ਨਹੀਂ ਹੁੰਦਾ, ਵੱਡਾ ਜਿਗਰੇ ਨਾਲ ਹੁੰਦਾ, ਵੱਡਾ ਦਿਲ ਨਾਲ ਹੁੰਦਾ, ਵੱਡਾ ਵਿਜ਼ਨ ਦੇ ਨਾਲ ਵੱਡਾ ਦਾ, ਇੱਕ ਦੇ ਇੱਕ ਮਸ ਇੱਕ ਮਿੰਟ ਦੇ ਵਿੱਚ ਮਸਲਾ ਹੱਲ ਕਰਵਾ ਸਕਦਾ, ਕਿ ਢੀਂਡਸਾ ਸਾਹਿਬ ਤੁਸੀਂ ਪ੍ਰਧਾਨ ਬਣੋ ਜੀ, ਹੁਕਮ ਕਰੋ ਮੈਨੂੰ ਕੀ, ਮੇਰੀ ਸੇਵਾ ਲਓ, ਮੈਂ ਕੀ ਕਰਾਂ ਨਾ। ਅਤੇ ਹੋ ਸਕਦਾ ਕਿ ਲੋਕ ਮੰਗ ਰੱਖ ਲੈਂਦੇ ਲੋਕ ਸਭਾ ਤੋਂ ਬਾਅਦ ਕਿ ਨਹੀਂ ਜੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾ, ਹੋ ਸਕਦਾ ਕਿ ਢੀਂਡਸਾ ਸਾਹਿਬ ਵੀ ਪ੍ਰਧਾਨ ਬਣ ਕੇ ਮਸਲੇ ਹੱਲ ਹੋ ਜਾਂਦੇ, ਕਿਉਂਕਿ ਲੋਕਾਂ ਸੁਖਦੇਵ ਸਿੰਘ ਢੀਂਡਸਾ ਨੂੰ ਤਾਂ ਲੋਕ ਕਬੂਲ ਕਰ ਸਕਦੇ ਨੇ, ਬਲਵਿੰਦਰ ਸਿੰਘ ਭੁੰਦੜ ਨੂੰ ਨਹੀਂ ਕਬੂਲ ਕਰਦੇ, ਉਹ ਤਾਂ ਕਹਿੰਦੇ ਕਿ ਉਹ ਬਾਦਲ ਹੀ ਆ, ਚਾਹੇ ਭੁੰਦੜ ਪਰਿਵਾਰ ਆ ਲੇਕਿਨ ਉਹ ਬਾਦਲ ਪਰਿਵਾਰ ਗਿਆ। ਅਜਿਹੀ ਸਥਿਤੀ 'ਚ ਦੋਨੇ ਲੀਡਰ ਮਸਲਾ ਹੱਲ ਕਰ ਸਕਦੇ, ਲੇਕਿਨ ਉਹ ਆਪ ਹੀ ਵੰਡੇ ਗਏ। ਹੁਣ ਇਹ ਹੁਣ ਸੁਖਬੀਰ ਸਿੰਘ ਬਾਦਲ ਹੋਣਾ 'ਤੇ ਨਿਰਭਰ ਕਰਦਾ ਕਿ ਉਹ ਆਪਣੇ ਵਿਜ਼ਨ ਦੇ ਨਾਲ ਚੱਲ ਰਹੇ ਨੇ ਜਾਂ ਫਿਰ ਸਲਾਹਕਾਰਾਂ ਦੇ ਜਿਨ੍ਹਾਂ 'ਤੇ ਇਲਜ਼ਾਮ ਲੱਗਦੇ। ਔਰ ਇੱਕ ਇਹ ਵੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਮਹਿਸੂਸ ਹੋ ਰਿਹਾ ਹੋ ਕਿ ਕਾਸ਼ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿੰਦੇ ਹੁੰਦੇ ਨਾ, ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਆ, ਕਿਉਂਕਿ ਉਹਨਾਂ ਨੇ ਵੀ ਆਪਣੇ ਜਿਹੜੇ ਹਮ ਸਮਕਾਲੀ ਲਾ ਲਓ, ਹਮ ਉਮਰ ਲਾ ਲਓ, ਹਮ ਰੁਤਬੇ ਵਾਲੇ ਲਾ ਲਓ, ਚਾਹੇ ਵੱਡੇ ਵੱਡੇ ਜਿਹੜੇ ਲੀਡਰ ਉਹਨਾਂ ਨੂੰ ਕਿਵੇਂ ਟੈਕਲ ਕੀਤਾ ਹੈ, ਸੁਰਜੀਤ ਸਿੰਘ ਬਰਨਾਲਾ ਨੂੰ ਕਿਵੇਂ ਟੈਕਲ ਕੀਤਾ ਹੈ, ਜਗਦੀਪ ਸਿੰਘ ਤਲਵੰਡੀ ਨੂੰ ਕਿਵੇਂ ਟੈਕਲ ਕੀਤਾ ਹੈ, ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ, ਕੁਲਦੀਪ ਸਿੰਘ ਵਡਾਲਾ ਨੂੰ, ਉਹਨਾਂ ਨੇ ਭਾਵੇਂ ਉਹਨਾਂ ਦੇ ਨਾਲ ਸ਼ਰੀਕਾ ਰੱਖਿਆ, ਉਹਨਾਂ ਨੂੰ ਰਗੜ ਕੇ ਵੀ ਰੱਖਿਆ, ਛਾਂਗੇ ਵੀ ਆ ਗਏ ਨੇ, ਲੇਕਿਨ ਇੰਨਾ ਰੌਲਾ ਨਹੀਂ, ਰੌਲਾ ਪੈਂਦਾ ਹੀ ਸਮੇਟ ਲੈਂਦੇ। ਸੁਖਬੀਰ ਸਿੰਘ ਬਾਦਲ ਹੋਣਾ ਕੋਈ ਜਿਹੜਾ ਰੌਲਾ ਪਿਆ ਸਮੇਟਿਆ ਨਹੀਂ ਜਾ ਰਿਹਾ, ਉਹ ਹੁਣ ਸਭ ਤੋਂ ਵੱਡਾ
ਚੈਲੇਂਜ ਹੋ ਗਿਆ। ਹੁਣ ਇਹ ਸਵਾਲ ਇਸ ਮਸਲੇ ਦੇ ਵਿੱਚ ਆ ਗਿਆ ਕਿ ਜਿਹੜੇ 3 MLA ਨੇ ਉਹ ਬੁਰੀ ਤਰ੍ਹਾਂ ਫਸੇ ਹੋਏ ਨੇ। 3 MLA ਕੌਣ ਨੇ? ਗਨੀਬ ਕੌਰ ਮਜੀਠੀਆ, ਬਿਕਰਮ ਸਿੰਘ ਮਜੀਠੀਆ ਦੇ ਜੀਵਨ ਸਾਥ ਨੇ, ਉਹ ਮੀਟਿੰਗ 'ਚ ਆਏ ਨਹੀਂ, ਸ਼ਾਇਦ ਇਹਨਾਂ ਨੂੰ ਬੁਲਾਇਆ ਨਾ ਹੋਵੇ ਜਾਂ ਕੀ, ਉਹ ਨਾ ਤਾਂ ਕਿਸੇ ਕਮੇਟੀ ਦੇ ਉਹਨਾਂ ਨੂੰ ਮੈਂਬਰ ਵੀ ਸ਼ਾਮਿਲ ਨਹੀਂ ਕੀਤਾ ਗਿਆ, ਪਰ ਉਹ ਬੁਰੀ ਤਰ੍ਹਾਂ ਫਸੇ ਹੋਏ ਨੇ, ਵਿਧਾਇਕ ਨੇ। ਦੂਜੇ ਨੇ ਡਾਕਟਰ ਸੁੱਖੀ, ਉਹ ਵੀ ਬੁਰੀ ਤਰ੍ਹਾਂ ਫਸੇ ਹੋਏ ਨੇ, ਜਿਹੜੇ ਬੰਗੇ ਤੋਂ ਵਿਧਾਇਕ ਨੇ, ਕਿ ਮੈਂ ਇੱਧਰ ਜਾਵਾਂ ਕਿ ਉੱਧਰ ਜਾਵਾਂ। ਅਤੇ ਮਨਪ੍ਰੀਤ ਸਿੰਘ ਯਾਲੀ ਤਾਂ ਪਹਿਲਾਂ ਹੀ ਕਹਿ ਆਏ ਨੇ, ਉਹ ਤਾਂ ਪਹਿਲਾਂ ਹੀ ਕਿਨਾਰਾ ਕਰ ਚੁੱਕੇ ਨੇ। ਹੁਣ ਵਿਧਾਨ ਸਭਾ ਜਦੋਂ ਹੈ, ਉਹਨਾਂ ਨੇ ਸ਼ਰਤ ਹੀ ਝੂੰਦਾ ਕਮੇਟੀ ਲਾਗੂ ਹੋਣ ਦੀ ਰੱਖੀ ਸੀ। ਹਾਂ, ਉਸ ਉਹਨਾਂ ਦੀ ਸ਼ਰਤ ਵੱਡੀ ਹੈ ਜਿਹੜੀ ਅਕਾਲੀ ਦਲ ਨੇ ਨਹੀਂ ਮੰਨੀ, ਉਹ ਤਾਂ ਗੱਲ ਹੋ ਗਈ ਨਾ, ਨਾ ਨੌਮੜ ਤੇਲ ਹੋਵੇ ਅਤੇ ਨਾ ਰਾਧਾ ਨੱਚੇ, ਉਹਨੇ ਤਾਂ ਸ਼ਰਤ ਹੀ ਇੱਦਾਂ ਦੀ ਰੱਖ ਲਈ। ਅਜਿਹੀ ਸਥਿਤੀ ਦੇ ਵਿੱਚ ਜਦੋਂ ਵਿਧਾਨ ਸਭਾ ਬੈਠੀ ਹੋਊ ਸਤੰਬਰ ਅਕਤੂਬਰ ਦੇ ਆਸ ਪਾਸ, ਉਹ ਅਕਾਲੀ ਦਲ ਕੀ ਕਰੇਗਾ? 3 MLA 3 ਭਾਵੇਂ ਲੋਕ ਟੀਚਰਾਂ ਕਹਦੇ, ਪਰ ਉਹ ਬੁਰੀ ਤਰ੍ਹਾਂ ਫਸੇ ਹੋਏ ਨੇ। ਹੁਣ ਇਹਨਾਂ ਮੀਟਿੰਗਾਂ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਚਰਚੇ 'ਚ, ਬਿਕਰਮ ਸਿੰਘ ਮਜੀਠੀਆ ਵੀ ਸਾਇਲੈਂਟ ਆ ਕਹਿੰਦੇ, ਉਹ ਵੀ ਹਲੇ ਖੁੱਲ੍ਹ ਕੇ ਨਹੀਂ ਬੋਲੇ। ਮਨਪ੍ਰੀਤ ਸਿੰਘ ਯਾਲੀ ਨਹੀਂ ਖੁੱਲ੍ਹ ਕੇ ਬੋਲੇ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਚੁੱਪ ਨੇ। ਇਹ ਹੁਣ ਸਾਰੇ ਕਈ ਉੱਦਾਂ ਦੇ ਲੀਡਰ ਨੇ ਜਿਹੜੇ ਕਹਿੰਦੇ ਤੇਲ ਦੇਖੋ ਅਤੇ ਤੇਲ ਦੀ ਧਾਰ ਦੇਖੋ, ਉਹ ਵਾਲਾ ਸਥਿਤੀ ਆ। ਪਰ ਅਕਾਲੀ ਦਲ ਦੇ ਵਾਸਤੇ ਇੱਕ ਵੱਡੀ ਬਿਪਤਾ ਕਿ ਇਹ ਆਖਿਰ ਜਿਹੜੀ ਲੜਾਈ ਆ ਇਹ ਕਿਵੇਂ ਖਤਮ ਹੋਏਗੀ? ਹੁਣ ਉਹ ਕਹਿੰਦੇ ਨੇ ਕਿ ਆਓ ਇਕੱਠੇ ਬੈਠੀਏ, ਅੱਜ ਵੀ ਪ੍ਰੈਸ ਕਾਨਫਰੰਸਾਂ ਹੋਈਆਂ ਨੇ ਕਿ ਸੁਖਬੀਰ ਸਿੰਘ ਬਾਦਲ ਤਾਂ ਅਸਤੀਫਾ ਦੇਣ ਨੂੰ ਤਿਆਰ ਆ, ਵੀ ਫਿਰ ਰੋਕਦਾ ਕੌਣ ਆ, ਰੋਕਣ ਵਾਲੇ ਕੌਣ ਨੇ? ਜੇ ਉਹਨੇ ਮਨ ਬਣਾ ਲਿਆ ਕਿ ਤੁਸੀਂ ਕਿਉਂ ਰੋਕਦੇ ਹੋ, ਇੱਕ ਵਾਰ ਐਕਸਪੈਰੀਮੈਂਟ ਤਾਂ ਕਰਕੇ ਦੇਖੋ। ਹੋ ਸਕਦਾ ਕਿ ਐਕਸਪੈਰੀਮੈਂਟ ਤੋਂ ਬਾਅਦ ਲੋਕ ਕਹਿਣ ਕਿ ਨਹੀਂ ਯਾਰ, ਸੁਖਬੀਰ ਸਿੰਘ ਬਾਦਲ ਪ੍ਰਧਾਨ ਚੰਗਾ ਹੈ। ਅੱਜ ਸਾਰਾ ਅਕਾਲੀ ਦਲ ਕਹਿ ਰਿਹਾ ਕਿ ਸੁਖਬੀਰ ਸਿੰਘ ਬਾਦਲ ਪਰਫੈਕਟ ਨਹੀਂ ਆ, ਕਿ ਉਹਨਾਂ ਦੀ ਲਗਾਤਾਰ ਹਾਰ ਹੋਈ ਆ ਉਹਨਾਂ ਦੀ ਅਗਵਾਈ ਦੇ ਵਿੱਚ, ਅਤੇ ਹੋ ਸਕਦਾ ਜਿਹੜਾ ਨਵਾਂ ਪ੍ਰਧਾਨ ਆਊਗਾ ਉਹ ਇਸ ਤੋਂ ਜ਼ਿਆਦਾ ਵੀ ਉਹਨਾਂ ਨੂੰ ਹਾਰ ਮਿਲ ਜਾਵੇ। ਅਜਿਹੀ ਸਥਿਤੀ ਦੇ ਵਿੱਚ ਮੈਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਨਹੀਂ ਪਾਰਟੀ ਛੱਡਣਾ ਚਾਹੁੰਦੇ ਬਤੌਰ ਪ੍ਰਧਾਨ, ਜੇ ਛੱਡਣੀ ਹੁੰਦੀ ਤਾਂ ਛੱਡ ਦਿੰਦੇ। ਉਹਨਾਂ ਨੇ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਮੇਰੀ ਅਗਵਾਈ 'ਚ 17 ਲੜੀ, ਮੇਰੀ ਅਗਵਾਈ 'ਚ 19 ਲੜੀ, ਮੇਰੀ ਅਗਵਾਈ 'ਚ 22 ਲੜੀ, ਮੇਰੀ ਅਗਵਾਈ 'ਚ 24 ਹੋਈ, ਜਿਹੜੀ ਹਾਰ ਆ ਮੈਂ ਕਬੂਲ ਦੇਣਾ। ਪਹਿਲਾਂ ਜ਼ਿਆਦਾ ਲੀਡਰ ਹੁੰਦੇ ਕਿ ਜੇ ਹਾਰ ਜਾਣੇ ਨਾ ਤਾਂ ਉਹ ਲੋਕ ਕਹਿੰਦੇ ਸੀ ਪਾਰਟੀ ਦਾ ਵੱਡਾ ਲੀਡਰ ਆ। ਹੁਣ ਕਾਂਗਰਸ ਪਾਰਟੀ ਨੇ ਵੀ ਐਕਸਪੈਰੀਮੈਂਟ ਕੀਤਾ ਨਾ, ਕਦੀ ਮਾਂ ਪ੍ਰਧਾਨ ਬਣ ਜਾਂਦੀ, ਕਦੀ ਪੁੱਤ ਬਣ ਜਾਂਦਾ, ਕਦੀ ਪੁੱਤ ਬਣ ਜਾਂਦੀ, ਕਦੀ ਮਾਂ ਪ੍ਰਧਾਨ ਬਣ ਜਾਂਦੀ ਸੀ ਨਾ। ਹਾਰ ਕੇ ਉਹਨਾਂ ਲਿਖਿਆ ਕਿ ਸਾਡੇ ਤਾਂ ਬੁਰੇ ਹਾਲਾਤ ਨੇ, ਅਸੀਂ ਸਟੇਟ 'ਤੇ ਸਟੇਟ ਹਾਰ ਰਹੇ ਹਾਂ, ਅਸੀਂ ਪਾਰਲੀਮੈਂਟ ਹਾਰ ਰਹੇ ਹਾਂ, ਸਾਡੀਆਂ 50 ਤੋਂ ਵੱਧ ਸੀਟਾਂ ਵੀ ਨਹੀਂ ਆਈਆਂ। ਉਹਨਾਂ ਨੇ ਮਲ ਕਰਜ਼ੇ ਖੜ ਕੇ ਲਾ ਹੀ ਦਿੱਤਾ ਹੈਗਾ, ਐਕਸਪੈਰੀਮੈਂਟ ਕੀਤਾ ਹੈਗਾ, ਚਾਹੇ ਦਿਖਾਓ ਉਹਨੂੰ ਖੜਗੇ ਪ੍ਰਧਾਨ, ਲੇਕਿਨ ਚੱਲਦੀ ਤਾਂ ਉਹਦੀ ਹੈ। ਅਤੇ ਅਕਾਲੀ ਦਲ ਵੀ ਸੁਖਬੀਰ ਸਿੰਘ ਬਾਦਲ ਇੱਕ ਇੱਦਾਂ ਦਾ ਬਹੁਤੇ ਹੀ ਖੜਾ ਕਰ ਦਿੰਦੇ ਕਿ ਇਹ ਪ੍ਰਧਾਨ ਹੈ। ਕੋਈ ਅਕਾਲੀ ਦਲ ਅਗਰ ਚਾਹੁੰਦਾ, ਸੁਖਬੀਰ ਸਿੰਘ ਬਾਦਲ ਚਾਹੁੰਦੇ ਅਤੇ ਕੋਈ ਸੰਤ ਸੁਭਾਅ ਵਾਲਾ ਬੰਦੇ ਨੂੰ ਪ੍ਰਧਾਨ ਬਣਾਉਣ ਦੇ, ਅਕਾਲੀ ਦਲ ਦੇ ਵਿੱਚ ਬੜੇ ਸੰਤ ਪ੍ਰਧਾਨ ਰਹੇ ਨੇ, ਚਾਹੇ ਉਹ ਗਿਆਨੀ ਕਰਤਾਰ ਸਿੰਘ ਵਰਗੇ, ਚਾਹੇ ਮਾਸਟਰ ਤਾਰਾ ਸਿੰਘ ਵਰਗੇ ਜਿਹਨਾਂ ਇਲੈਕਸ਼ਨ ਨਹੀਂ ਲੜੀ ਹੈਗੀ, ਸੰਤ ਫਤਿਹ ਸਿੰਘ ਹੋਣੀ, ਸੰਤ ਹਰਚੰਦ ਸਿੰਘ ਲੌਂਗੋਵਾਲ ਹੋਣੀ ਰਹੇ ਨੇ, ਇੱਦਾਂ ਦਾ ਕੋਈ ਸੰਤ ਸੁਭਾਅ ਵਾਲਾ ਸੰਤ ਹੀ ਲੱਭ ਲੈਂਦੇ ਹੈਗੇ ਕਿ ਇਹ ਸੰਤ ਸੀ, ਠੀਕ ਹੈ, ਅਤੇ ਪਾਰਟੀ ਪ੍ਰਧਾਨ ਆਪ ਉਹ ਪ੍ਰਧਾਨ ਹੁੰਦੇ ਅਤੇ ਬਾਕੀ ਸਾਰਾ ਆਪ ਚਲਾਉਂਦੇ, ਪਹਿਲਾਂ ਵੀ ਇੱਦਾਂ ਕਰਦੇ ਰਹੇ। ਪਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਲੱਗਦਾ ਕਿ ਕਿਸੇ ਗੱਲ ਦੇ ਵਿੱਚ ਵਹਿਮ ਪਾ ਦਿੱਤਾ ਹੈਗਾ ਕਿ ਜੇ ਤੁਸੀਂ ਪਾਰਟੀ ਛੱਡਦੇ ਹੈਗੇ ਤਾਂ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ ਹੈਗਾ।